इस वक्त तुहानू तस्वीर विखा रहे हैं बंदी सिंह मोर्चे दियाँ। असी अक्सर गल करते हैं कि जज्बात जड़े ने उन्होंने कोई नहीं हरा सकता। मेरे नाल वीर मौजूद है, मैं इत्थे बैठा सीगा ते मैं दूरों वेख्या भी वीर जी आ रहे हैं, पैरों के जोड़े भी नहीं है और लत्तां दे विच तुसी वेख रहे हो कि हाथों के सहारे चलते हैं, लत्तां दे विच प्रॉब्लम है। और अज खास गल है कि अज जिन्हें भी साडे हैंडीकैप्ट वीर ने वो अगवाई करनगे जथे दी, जिहड़ा जथा चंडीगढ़ वल नूं रवाना हुंदा है। वीर आ रहे सीगे और इन्हां नूं वेख के ना एक अंदर जज्बातां दा हड़ आ जांदा भी किस तरीके दे नाल वीर देखो आ रहे है। और कई लोग है इधर, बाबा जी भी खड़े है, देखो बाह नहीं हैगी। वीर जी दे नाल गलबात करते हैं। वाहिगुरु जी का खालसा वाहिगुरु जी की फतेह। जी वाहिगुरु जी का खालसा वाहिगुरु जी की फतेह। कित्थों है वीर जी तुसी? वीर जी मैं पांजवाड़ तो आया, जिला तरन तारन। जिला तरन तारन, ठीक है। इतने फिर किदों किदा बस आए हो? किदा आए सर? राती 5 बजे उत्थों अंबरसर तो तुरे हां ते रात 12 बज गए थे। अच्छा जी, ते फिर रात किथे ठहरे? रात सर इत्थे तंबू आ अमृतपाल जो साडे मैरू आ। अच्छा जी, अमृतपाल सिंह मैरू होरा दा। ते मैं वेख रहा सी फिर जोड़ा नहीं पांदे तुसी पैरां च? मैं कदी शुरू तो नहीं पाया इत तक। शुरू तो ही नहीं जोड़ा पाया? नहीं सर पाया। अच्छा जी, ते किन्नी देर तो तुहानू बचपन तो ही इदा प्रॉब्लम? सर मैं 1 साल दा जदों पोलियो हो गया। अच्छा जी। अच्छा तुसी वीर जी मैं देख रहा सीगा नंगे पैरी आए हो, तुसी फिर चप्पल नहीं पांदे? नहीं सर मैं पांदा ही नहीं। अच्छा जी, बचपन तो ही नहीं पांदे? नहीं सर बचपन तो ही नहीं पांदा। कदे पाई नहीं चप्पल? नहीं कदी नहीं पाई सर। ए बाणे दे विच फिर इदा ही रहंदे हो दुमल बन के? हां जी सर, मैं 2016 च अमृतपान कीता है। ਪਹਿਲੋਂ ਮੋਨਾ ਹਾਂ। ਕੰਮ ਕਾਰ ਫਿਰ ਕਿੱਦਾਂ ਕਰਦੇ ਘਰ ਦਾ ਗੁਜ਼ਾਰਾ? ਸਰ ਮੈਂ ਕਰਦਾ ਹਾਂ ਸੂਟਾਂ ਦੀ ਕਢਾਈ, ਲੇਡੀਜ਼ ਸੂਟਾਂ ਦੀ ਕਢਾਈ ਕਰਦਾ ਰਿਹਾ। ਅੱਛਾ ਕਿਰਤ ਕਰਦੇ ਹੋ? ਹਾਂਜੀ। ਹੁਣ ਵੀ ਕਰਦੇ ਹੋ? ਹਾਂਜੀ ਹੁਣ ਵੀ ਕਰਦਾ, ਪਰ ਹੁਣ ਨਾਲ ਮੇਰਾ ਬਿਜ਼ਨਸ ਮੈਂ ਕੋਠੀਆਂ ਪਲਾਟ ਵਿਕਾਉਣ ਦਾ ਵੀ ਕੰਮ ਕਰਦਾ ਸਰ। ਅੱਛਾ ਜੀ, ਹਾਂਜੀ ਕੀ ਬਾਤ ਹੈ। ਅੱਛਾ ਫਿਰ ਉੱਚੇ ਤਾਂ ਕਾਫੀ ਘੁੰਮਣਾ ਫਿਰਨਾ ਪੈਂਦਾ ਜਿੱਦਾਂ ਕਿਸੇ ਨੂੰ ਪਲਾਟ ਵਿਖਾਣਾ ਕੋਠੀ ਵਿਖਾਣੀ? ਹਾਂਜੀ ਸਰ ਮੈਂ ਨਾ ਮੋਟਰਸਾਈਕਲ ਨੂੰ ਟਾਇਰ ਲਵਾਏ ਆ, ਮਤਲਬ ਸਪਲੈਂਡਰ ਮੋਟਰਸਾਈਕਲ ਆ। ਅੱਛਾ ਜੀ, ਹਾਂਜੀ ਉਹਨੂੰ ਟਾਇਰ ਲਵਾਏ ਹੋਏ ਤੁਸੀਂ? ਹਾਂਜੀ ਜੀ। ਜਿੱਦਾਂ ਹੋਰ 2 ਟਾਇਰ ਲਵਾ ਦਿੰਦੇ ਸਾਈਡਾਂ 'ਚ, ਉਦਾਂ ਫਿਰ ਤੁਸੀਂ ਵਿਖਾ ਦਿੰਦੇ ਹੋ ਸਾਰਾ? ਹਾਂਜੀ। ਵਧੀਆ ਚੱਲਦਾ ਕੰਮ ਕਾਰ? ਸਰ ਵਧੀਆ, ਬਾਬਾ ਬੁੱਢਾ ਸਾਹਿਬ ਦੀ ਕਿਰਪਾ, ਬਾਬਾ ਬੁੱਢਾ ਸਾਹਿਬ ਦੀ ਨਗਰੀ 'ਚ ਰਹੀਦਾ, ਬਿਲਕੁਲ ਬੀੜ ਬਾਬਾ ਬੁੱਢਾ ਸਾਹਿਬ ਦੇ ਲਾਗੇ ਕਨੌਲੀਆਂ ਕੱਟੀਆਂ, ਉੱਥੇ ਕੰਮ ਕਰੀਦਾ। ਅੱਛਾ ਜੀ, ਤੇ ਲੋਕੀ ਕਈ ਜਿੱਦਾਂ ਤੁਹਾਨੂੰ ਪ੍ਰੋਬਲਮ ਹੈ, ਕਈਆਂ ਨੂੰ ਪ੍ਰੋਬਲਮ ਹੁੰਦੀ ਤੇ ਉਹ ਤਾਂ ਰੱਬ ਨੂੰ ਮਿਹਣੇ ਬੜੇ ਮਾਰਦੇ ਆ। ਸਰ ਚਲੋ ਜੋ ਉਹਦਾ ਭਾਣਾ ਉਹ ਤਾਂ ਫਿਰ ਮੰਨਣਾ ਪੈਂਦਾ ਆ। ਚੜ੍ਹਦੀ ਕਲਾ 'ਚ ਪੂਰੀ? ਹਾਂ ਚੜ੍ਹਦੀ ਕਲਾ 'ਚ। ਆਪਾਂ ਨੂੰ ਮਹਾਰਾਜ ਬਾਬਾ ਬੁੱਢਾ ਸਾਹਿਬ ਨੇ ਅਜ ਤੱਕ ਕੋਈ ਇਹ ਚੀਜ਼ ਦੀ ਥੋੜ ਨਹੀਂ ਆਉਂਦੀ। ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਅਸੀਂ 4 ਭਰਾ 1 ਭੈਣ ਆ। ਅੱਛਾ ਜੀ, ਤੇ ਮਾਤਾ ਦੀ ਡੈਥ ਹੋ ਗਈ 2 ਸਾਲ ਹੋ ਗਏ। ਅੱਛਾ ਜੀ, ਤੇ ਬਾਪੂ ਵੀ ਬਾਪੂ ਜੀ ਹੈਗੇ ਆ। ਅੱਛਾ ਜੀ, ਵਿਆਹ ਹੋ ਗਿਆ ਤੁਹਾਡਾ ਹਲੇ? ਨਹੀਂ ਸਰ ਵਿਆਹ ਨਹੀਂ ਆ। ਵਿਆਹ ਨਹੀਂ ਹੋਇਆ? ਕਿੰਨੀ ਉਮਰ ਤੁਹਾਡੀ? ਸਰ ਮੇਰੀ ਹੈਗੀ ਆ 32 ਸਾਲ ਆ। 32 ਸਾਲ? ਅੱਛਾ ਜੀ, ਤੇ ਹੋਰ ਜਿਹੜੇ ਭਰਾ ਹੋਰ ਸਾਰੇ ਇਦਾਂ ਸਰੀਰਕ ਤੌਰ ਦੇ ਉੱਤੇ ਠੀਕ ਹੈ? ਹਾਂ ਸਰ ਬਹੁਤ ਵਧੀਆ, ਉਹ ਠੀਕ ਠਾਕ। ਅੱਛਾ ਠੀਕ ਹੈ। ਤੁਹਾਡੇ ਤੁਹਾਨੂੰ ਪ੍ਰੋਬਲਮ ਹੈਗੀ ਹੈ? ਸਰ ਮੈਨੂੰ ਪੋਲੀਓ ਆ। ਬਚਪਨ 'ਚ ਕਦੋਂ ਤੁਸੀਂ ਵੈਸੇ ਉਦਾਂ ਤੁਰਦੇ ਸੀਗੇ ਬਚਪਨ 'ਚ ਕਿ ਬਾਅਦ 'ਚ ਹੋਇਆ ਪ੍ਰੋਬਲਮ? ਮੈਂ 1 ਸਾਲ ਦਾ ਜਿਹੜਾ ਬੱਚਾ ਕਈ ਤੁਰਦਾ ਪੈਂਦਾ ਨਾ, ਤੁਰਦਾ ਪਿਆ ਹਾਂ, ਤੇ ਬਾਅਦ 'ਚ ਮੈਨੂੰ ਬੁਖਾਰ 'ਚ ਟੀਕਾ ਲੱਗਾ, ਉਹਦੇ ਨਾਲ ਪ੍ਰੋਬਲਮ ਹੋ ਗਈ। ਅੱਛਾ ਜੀ, ਕਹਿ ਦਿੰਦੇ ਪੋਲੀਓ ਆ। ਠੀਕ, ਤੇ ਇੱਥੇ ਆਉਣ ਦਾ ਫਿਰ ਕਿੱਦਾਂ ਤੁਹਾਨੂੰ ਲੱਗਿਆ ਵੀ ਇੱਥੇ ਆਉਣਾ ਚਾਹੀਦਾ? ਸਰ ਜਦੋਂ ਬੰਦੀ ਸਿੰਘਾਂ ਦੀ 328 ਸਰੂਪਾਂ ਦੇ ਦਰਬਾਰ ਸਾਹਿਬ ਵੀ ਲੱਗਾ ਸੀ ਮੋਰਚਾ, ਭਾਈ ਬਲਵੀਰ ਸਿੰਘ ਮੁਸ਼ਰੂ ਨਾਲ ਲਾਏ, ਉੱਥੇ ਕਾਫੀ ਆਪਾਂ ਸ਼ਿਰਕਤ ਕੀਤੀ ਤੁਸੀਂ? ਹਾਂਜੀ, ਹਾਜ਼ਰੀਆਂ ਭਰੀਆਂ ਆ, ਚਾਹੇ ਭਾਈ ਅੰਮ੍ਰਿਤਪਾਲ ਮਹਿਰੂ ਨੇ ਇੱਕ ਵਾਰੀ ਬੁੱਤ ਅੰਮ੍ਰਿਤਸਰ ਭੰਗੜੇ ਵਾਲਿਆਂ ਦੀ ਤੋੜ ਭੰਨ ਕੀਤੀ ਸੀ, ਉੱਥੇ 1 ਹਫ਼ਤਾ ਰਹੇ ਆ। ਅੱਛਾ ਜੀ, ਉਹ ਬੁੱਤ ਜਦੋਂ ਚੁਕਵਾਏ ਭਾਈ ਅੰਮ੍ਰਿਤਪਾਲ ਮਹਿਰੂ ਨਾਲ। ਅੱਛਾ ਜੀ, ਤੇ ਉੱਥੇ ਵੀ ਬਥੇਰਾ ਸੰਯੋਗ ਦਿੱਤਾ ਸੀ ਆਪਾਂ। ਤੇ ਜਿੱਥੇ ਕਿਤੇ ਬੰਦੀ ਸਿੰਘਾਂ ਦੀ ਚਾਹੇ ਰਿਹਾਈ ਵਾਸਤੇ ਗੱਲ ਹੁੰਦੀ ਆ, ਚਾਹੇ 328 ਸਰੂਪਾਂ ਦੀ ਹੁੰਦੀ ਆ, ਚਾਹੇ ਬਾਈਬਲ ਕਲਾਂ ਗੋਲੀਕਾਂਡ ਦੀ ਗੱਲ ਹੁੰਦੀ ਆ, ਅਰਦਾਸ ਜ਼ਰੂਰ ਹਾਜ਼ਰੀ ਭਰਦਾ ਆ। ਤੇ ਅਰਦਾਸ ਕੀ ਕਰਦੇ ਹੋ? ਉਹ ਮਹਾਰਾਜ ਨੇ ਕਮੀ ਦਿੱਤੀ, ਆਪਾਂ ਕਦੀ ਮਹਿਸੂਸ ਨਹੀਂ ਕੀਤੀ। ਇਹ ਕਿੱਦਾਂ ਆਈਡੀਆ ਆਇਆ ਵੀ ਪਲਾਟਾਂ ਦਾ ਮੈਂ ਬਿਜ਼ਨਸ ਕਰ ਸਕਦਾ, ਇਦਾਂ ਪਲਾਟ ਵਿਕਾਣੇ ਉਹ ਸਾਰਾ ਕੁਝ? ਸਰ ਮੇਰੇ ਮਨ ਦੀ ਰੀਝ ਵੀ ਮੈਂ ਜੋ ਕਰਨਾ ਆਪਣੇ ਹੱਥੀਂ ਕੀਮਤ ਕਰਾਂ। ਅੱਛਾ ਜੀ, ਹਾਂਜੀ, ਵੀ ਕਿਸੇ ਦੀ ਨੌਕਰੀ ਨਾ, ਹਾਂਜੀ, ਕਿਸੇ ਦੀ ਨੌਕਰੀ ਨਾ ਹੋਵੇ, ਮੁਹਤਾਜਗੀ ਨਾ ਹੋਵੇ। ਹਾਂਜੀ ਠੀਕ ਹੈ ਜੀ। ਇੱਕ ਪਰਮਾਤਮਾ ਤੋਂ ਜਦੋਂ ਮੈਂ ਬਾਬੇ ਬੁੱਢੇ ਦੀ ਧਰਤੀ ਤੇ ਰਹਿਣਾ, ਬਿਲਕੁਲ ਬਾਬਾ ਬੁੱਢਾ ਸਾਹਿਬ ਦੇ ਕੋਲ ਹੀ ਆ। ਅੱਛਾ ਜੀ, ਉੱਥੇ ਇਹੋ ਹੀ ਅਰਦਾਸ ਪਈ, ਮਾਰਕਾ ਕਿਸੇ ਗੜੀ ਹੱਥ ਨਾ ਟੱਡਣ ਦੇ। ਅੱਛਾ ਜੀ, ਜੇ ਮੈਂ ਸੂਟਾਂ ਦੀ ਕਢਾਈ ਦਾ 4 ਸਾਲ ਕੰਮ ਕੀਤਾ ਨਾ, ਤੇ ਯਾਦ ਹੀ ਕੀਤਾ ਵਾ ਕਿਸੇ ਦੀ ਨੌਕਰੀ ਥੱਲੇ ਨਹੀਂ ਕਰਦੇ ਰਹਿ ਕੇ ਕੀਤਾ। ਠੀਕ ਹੈ, ਆਜ਼ਾਦ ਹੀ ਰਹੇ ਹੋ? ਹਾਂਜੀ ਆਜ਼ਾਦ ਹੀ ਰਹੇ। ਕੀ ਆ ਬਾਤ, ਤੇ ਇੱਥੇ ਫਿਰ ਇੱਥੇ ਵੀ ਆਜ਼ਾਦ ਹੀ ਆਏ ਹੋ? ਹਾਂਜੀ ਆਜ਼ਾਦ ਹੀ ਆਏ ਸਰ, ਕਿਸੇ ਦੀ ਆਪਾਂ ਨੂੰ ਬੰਨਤ ਸੇ ਨਹੀਂ ਹੈਗੀ। ਹਾਂ, ਬਾਕੀ ਮਨ 'ਚ ਚਾਹ ਹੈਗਾ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਵਾ, ਤਾਂ ਉੱਥੇ ਹਾਜ਼ਰੀ ਭਰਾਂਗੇ। ਹਾਂ, ਤੇ ਮਹਾਰਾਜ ਨੇ ਸਮਾਂ ਦੇਤਾ ਤੇ ਆ ਗਏ ਆ। ਤੁਹਾਨੂੰ ਪਤਾ ਅੱਜ ਜਿਹੜੀ ਅਗਵਾਈ ਕਰਨੀ ਹੈ ਜਥੇ ਦੀ, ਉਹ ਸਾਰੇ ਜਿਹੜੇ ਹੈਂਡੀਕੈਪਟ ਵੀਰ ਨੇ
ਜਾਂ ਭੈਣਾਂ ਨੇ ਉਹਨਾਂ ਨੇ ਹੀ ਕਰਨੀ ਹੈ ਤੇ ਤੁਸੀਂ ਮੈਂ ਸਹੀ ਗੱਲ ਪੁੱਛੋ ਤੇ ਮਨ ਚ ਨਹੀਂ ਵੈਸੇ ਧਾਰਿਆ ਵੀ ਅੱਜ ਹੈਂਡੀਕੈਪ ਵੀਰਾਂ ਦੀ ਚਾਹੇ ਜਥੇਬੰਦੀ ਜਾਣੀ ਆ ਪਰ ਮੈਨੂੰ ਇੱਥੇ ਪਰਮਾਤਮਾ ਨੇ ਪਤਾ ਨਹੀਂ ਚਾਹੇ ਸਾਥ ਲਿਆ ਤੇ ਇਹ ਸਬੱਬ ਹੀ ਬਣਿਆ ਹੈ ਹਾਂ ਸਬੱਬ ਹੀ ਬਣਿਆ ਆ ਪਰ ਮੈਂ ਮਨ ਚ ਨਹੀਂ ਧਾਰ ਕੇ ਵੀ ਇਹ ਜਥੇਬੰਦੀ ਅੱਜ ਹੈਂਡੀਕੈਪ ਮੈਂ ਦੱਸਦਾ ਵਿਊਅਰਸ ਨੂੰ ਜਿਹੜੇ ਵੇਖ ਰਹੇ ਨੇ ਕਿ ਵੀਰ ਜੀ ਆ ਰਹੇ ਸੀਗੇ ਮੈਂ ਚੰਚੇਤ ਇਹਨਾਂ ਨੂੰ ਮਿਲੇ ਆ ਅੱਛਾ ਜਿਹੜੇ ਲੋਕੀ ਹਲੇ ਵੀ ਘਰਾਂ ਦੇ ਵਿੱਚ ਬੈਠੇ ਆ ਉਹ ਉਹਨਾਂ ਦੇ ਹੱਥ ਪੈਰ ਬਹੁਤ ਚੰਗੇ ਹੁੰਦੇ ਆ ਲੇਕਿਨ ਉਹ ਆਉਂਦੇ ਨਹੀਂ ਔਰ ਇਹ ਵੀ ਕਹਿ ਦਿੰਦੇ ਆ ਕਈ ਵਾਰੀ ਮੀਣਾ ਵੀ ਮਾਰ ਦਿੰਦੇ ਕਿ ਇੱਥੇ ਤਾਂ ਵਿਹਲੜ ਆਏ ਆ ਸਰ ਅਸਲ 'ਚ ਗੱਲ ਇਹ ਆ ਵੀ ਜਿਹਦੀ ਜ਼ਮੀਰ ਜਾਗਦੀ ਉਹਦਾ ਸਭ ਕੁਝ ਜਾਗਦਾ ਆ ਅਤੇ ਜਿਹਦੀ ਜ਼ਮੀਰ ਨਹੀਂ ਜਾਗਦੀ ਉਹ ਮਰਿਆ ਹੀ ਸਮਝ ਲਓ ਉਹ ਮੁਰਦੇ ਬੈਠੇ ਆ ਘਰੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਗੱਲਾਂ ਹੋਰ ਵੀ ਕਰਨੀਆਂ ਲੇਕਿਨ ਬਾਅਦ 'ਚ ਕਰਾਂਗੇ ਜਥੇ ਦੇ ਰੂਪ 'ਚ ਤੁਸੀਂ ਜਾਣਾ ਉੱਥੇ ਅਸੀਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਕਿਉਂਕਿ ਹੁਣ ਮੈਂ ਚਾਹੁੰਦਾ ਨਹੀਂ ਵੀ ਤੁਹਾਨੂੰ ਅਸੀਂ ਬਹੁਤਾ ਲੇਟ ਕਰੀਏ ਤੁਸੀਂ ਅੱਗੇ ਸ਼ਿਰਕਤ ਕਰਨੀ ਹੈ ਨਤਮਸਤਕ ਵੀ ਹੋਣਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਤੇ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਪਿਆਰ ਅਤੇ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਿ ਅਬ ਉੱਠ ਕਰ ਤੇਰੇ ਦਰ ਸੇ ਕਹੀਂ ਜਾਇਆ ਨਹੀਂ ਜਾਤਾ।